ਹਾਂਜੀ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਜੱਟਾਂ ਦੇ ਚੈਨਲ ਵਿੱਚ ਜੀ ਐਦਾਂ ਦੀਆਂ ਹੋਰ ਨਵੀਆਂ ਵੀਡੀਓ ਵੇਖਣ ਲਈ ਜੀ ਆਪਣੇ ਚੈਨਲ ਨੂੰ ਥੱਲੇ ਦਿਖ ਰਹੇ ਲਾਲ ਬਟਨ ਨੂੰ ਸਬਸਕ੍ਰਾਈਬ ਕਰ ਲਿਓ ਉਸ ਦੇ ਨਾਲ ਲੱਗੇ ਬੈਲ ਆਈਕਨ ਨੂੰ ਔਲ ਤੇ ਪ੍ਰੈਸ ਕਰ ਲਿਓ ਜੀ ਤਾਂ ਜੋ ਜਦ ਵੀ ਅਸੀਂ ਆਪਣੇ ਚੈਨਲ ਤੇ ਕੋਈ ਨਵੀਂ ਵੀਡੀਓ ਪਾਈਏ ਤੇ ਉਹਦੀ ਨੋਟੀਫਿਕੇਸ਼ਨ ਆ ਜੂ ਉਹ ਤੋਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਦੇ ਤੁਸੀਂ ਸਾਡੀ ਵੀਡੀਓ ਨੂੰ ਜੀ ਆਸਾਨੀ ਨਾਲ ਵੇਖ ਸਕੋ ਜੇ ਕੋਈ ਉਸੇ ਵੀਨੇ ਜੀ ਕਿਸੇ ਵੀ ਖੇਤੀਬਾੜੀ ਸੰਧ ਦੀ ਕਿਸੇ ਵੀ ਤਰ੍ਹਾਂ ਦੀ ਸਾਧਨ ਦੀ ਕਿਸੇ ਵੀ ਤਰ੍ਹਾਂ ਦੀ ਐਡ ਆਪਣੇ YouTube ਚੈਨਲ ਤੇ ਲਗਵਾਉਣੀ ਹੋਵੇ ਜੀ ਉਸ ਦਿਆਂ ਪਾਸ ਤੋਂ ਸੱਤ ਫੋਟੋਆਂ ਬਾਕੀ ਉਹਦੀ ਜਾਣਕਾਰੀ ਸਾਨੂੰ 88725 82250 ਸਕਰੀਨ ਉੱਪਰ ਦਿੱਤੇ ਗਏ ਨੰਬਰਾਂ 'ਤੇ ਤੁਸੀਂ WhatsApp 'ਤੇ ਫੋਟੋਆਂ ਤੇ ਜਾਣਕਾਰੀ ਭੇਜ ਕੇ ਆਪਣੀ ਐਡ ਉਹ YouTube ਜੱਟਾਂ ਦੇ ਚੈਨਲ ਤੇ ਇੱਕ ਜਾਂ ਦੋ ਦਿਨਾਂ ਦੇ ਅੰਦਰ ਆਪਣੇ ਚੈਨਲ ਤੇ ਐਡ ਲਗਵਾ ਸਕਦੇ ਹੋ ਜੀ ਬਿਲਕੁਲ ਫ੍ਰੀ ਵਿੱਚ ਐਡ ਲਾਵਾਂਗੇ ਜੀ ਹਾਂਜੀ ਵੀਰੋ ਅੱਜ ਦੀ ਇੱਕ ਹੋਰ ਨੰਮੀ ਵੀਡੀਓ ਵਿੱਚ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਸੇਲ ਬਾਤ ਤੇ ਲੈ ਕੇ ਆਏ ਜੀ 6 6 ਸੰਦ ਬਕਾਉਣੇ ਜੀ ਸਭ ਤੋਂ ਪਹਿਲਾਂ ਜੀ ਸੇਲ ਬਾਤ ਤੇ ਲੈ ਕੇ ਆਏ ਜੀ ਜਸਵੰਤ ਕੰਪਨੀ ਦਾ ਸੁਪਰ ਸੀਡਰ ਬਕਾਉਣੇ ਜੀ ਵੀਰੇ ਡੀਲਰਸ਼ਿਪ ਦਾ ਕੰਮ ਕਰਦੇ ਨੇ ਜੀ ਤੇ ਸਾਰੇ ਮਾਡਲ ਨੇ ਜੋ 2021 ਮਾਡਲ ਨੇ ਜੀ ਸਾਰਿਆਂ ਦੀਆਂ ਫੋਟੋ ਸਕਰੀਨ ਉੱਪਰ ਸ਼ੋਰੀਆਂ ਨੇ ਜੀ ਕੰਡੀਸ਼ਨ ਵੇਖ ਸਕਦੇ ਹੋ ਅਨ ਟੱਚ ਨੇ ਜੀ 31 ਅਗਸਤ ਤੱਕ ਇਹਨਾਂ ਦੇ ਰੇਟ ਨੇ ਵੀਰ ਸਬਸਿਡੀ ਮਿਲ ਜੂਗੀ ਜਿਹੜਾ ਵੀ ਵੀਰ ਬੁੱਕ ਕਰਾਊਗਾ ਜੀ ਜਸਵੰਤ ਕੰਪਨੀ ਦੇ ਸੁਪਰਸਾਈਡਰ ਤਾਂ ਉਹਨੂੰ ਸਬਸਿਡੀ ਮਿਲੂਗੀ ਜੀ ਸਾਨੂੰ ਬਾਕੀ ਰੇਟ ਦੱਸ ਦੇਣਾਂ ਦੇ ਤੇ 7 ਫੁੱਟੇ ਦਾ ਰੇਟ ਵੀ ਨੇ ਰੱਖਿਆ 235000 ਰੁਪਏ ਰੇਟ ਰੱਖਿਆ ਜੀ 7 ਫੁੱਟੇ ਦਾ ਰੇਟ ਵੀ ਨੇ ਰੱਖਿਆ 235000 ਰੁਪਏ ਤੇ 8 ਫੁੱਟੇ ਦਾ ਰੇਟ ਵੀ ਨੇ ਰੱਖਿਆ 245000 ਰੁਪਏ ਰੇਟ ਰੱਖਿਆ ਜੀ ਇਹ ਰੇਟ 30 ਅਗਸਤ ਤੱਕ ਨੇ ਤੇ ਜੋ ਵੀ ਵੀਰ ਹੁਣ ਬੁੱਕ ਕਰਾਊਗਾ ਜੀ ਉਹਨਾਂ ਨੂੰ ਇਹ ਰੇਟ ਤੇ ਮਿਲਣਗੇ ਬਾਕੀ ਜੋ ਵੀ ਵੀਰ 31 ਅਗਸਤ ਤੋਂ ਬਾਅਦ ਬੁੱਕ ਕਰਾਊਗਾ ਉਹ ਅੱਡ ਰੇਟ ਹੋ ਜਾਣਗੇ ਜੀ ਇਹਨਾਂ ਦੇ ਵੱਖਰੇ ਵੱਖਰੇ ਰੇਟ ਹੋ ਜਾਣਗੇ ਤੇ ਏਰੀਆ ਹੈਗਾ ਵੀਰ ਦਾ ਜਲੰਧਰ ਤੋਂ ਪਠਾਨਕੋਟ ਰੋਡ ਤੇ ਏਰੀਆ ਪੈਂਦਾ ਵੀਰ ਦਾ ਜਲੰਧਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਵੀਰ ਦਾ ਏਰੀਆ ਜੀ ਤੇ ਬਾਕੀ ਸੋਨੂੰ ਰੇਟ ਦੱਸਦੇ ਜੀ ਵੀਰਾਂ ਦਾ ਕੰਟੈਕਟ ਨੰਬਰ ਹੈ ਜੋ ਸਕਰੀਨ ਉੱਪਰ ਸ਼ੋਅ ਰਿਹਾ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਜਸਵੰਤ ਕੰਪਨੀ ਦੇ ਸੁਪਰ ਸੀਡਰ ਖਰੀਦ ਸਕਦੇ ਹੋ ਜੀ ਤੇ ਡਰੈਲ ਸਮੇਤ ਨੇ ਜੀ ਡਬਲ ਸਾਈਡਡ ਤਵੀ ਲੱਗਿਆ ਤੇ ਰੂਲਰ ਲੱਗਿਆ ਹੋਇਆ ਜੀ ਪਿੱਛੇ ਤੇ ਬਾਕੀ ਜੇ ਕਿਸੇ ਵੀ ਨੇ ਹੋਰ ਜਾਣਕਾਰੀ ਲੈਣੀ ਹੋਵੇ ਜੀ ਤਾਂ ਮੇਰਾ ਨਾ ਕੰਟੈਕਟ ਕਰਕੇ ਆਪਣੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅੱਗੇ ਸੇਲ ਬਾਤੇ ਲੈ ਕੇ ਆਏ ਜੀ ਦਸ਼ਮੇਸ਼ 9900 ਕੰਬਾਈਨ ਬਕਿਆ ਹੋਇਆ ਜੀ ਦਸ਼ਮੇਸ਼ 9900 ਕੰਬਾਈਨ ਬਕਿਆ ਹੋਇਆ ਜੀ ਇੱਕ ਕੰਬਾਈਨ 2006 ਮਾਡਲ ਹੈ ਜੀ ਇੰਜਨਾਂ ਜੋ 0 ਟੂ ਪੇਟੀ ਬੰਦ ਇੰਜਨਾਂ ਕੰਬਾਈਨ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 80% ਕੰਡੀਸ਼ਨ ਪਈ ਆ ਫਰੰਟ ਟਾਇਰਾਂ ਦੀ ਜੀ ਬਾਕੀ ਵਧੀਆ ਸਾਫ ਕੰਡੀਸ਼ਨ ਚ ਕੰਬਾਈਨ ਪਈ ਆ ਨਾਲ ਦਾ オリジナル ਕੰਬਾਈਨ ਤੇ ਪੇਂਟ ਆ ਜੀ ਮਲੇਰ ਕੋਟਲਾ ਮਾਰਕਾ ਜੀ ਕੰਬਾਈਨ ਤੇ ਬਾਕੀ ਵਧੀਆ ਸਾਫ ਕੰਡੀਸ਼ਨ ਚ ਪਈਆ ਲੈਨਸ ਮੇ ਤੁਸੀਂ ਚਰਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕਿਸੇ ਪ੍ਰਕਾਰ ਦੀ ਕਮੀ ਪੇਸ਼ ਨਹੀਂ ਬਾਕੀ ਰਿਪੇਅਰ ਆ ਜੋ ਕੰਬਾਈਨ ਦੀ ਜੀ ਕੰਪਲੀਟ ਕਰਾਈ ਹੋਈ ਹੈ ਵੀਰ ਦੀ ਰੇਟ ਵੀ ਨੇ ਰੱਖਿਆ 6,80,000 ਰੁਪਏ ਰੇਟ ਰੱਖਿਆ 6,80,000 ਰੁਪਿਆ ਜਿਹੋ ਸਕਰੀਨ ਪਰ ਸ਼ੋਰਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਦਸ਼ਮੇਸ਼ 91100 ਕੰਬਾਈਨ ਖਰੀਦ ਸਕਦੇ ਹੋ ਜੀ ਤੇ ਅੱਗੇ ਸੇਲ ਬਾਤ ਤੇ ਲੈ ਕੇ ਆਂ ਜੀ ਟਰਾਲੀ ਵਿਕਾਊਾ ਜੀ ਇਹ ਟਰਾਲੀ 2017 ਮਾਡਲ ਹੈ ਜੀ ਸਾਈਜ਼ ਆ ਜੋ ਟਰਾਲੀ ਦਾ 11/6 ਦਾ ਟਰਾਲੀ ਦਾ ਸਾਈਜ਼ ਆ ਜੀ ਏਰੀਆ ਗਾਇਬਿਰਦਾ ਜੀਰਾ ਜੀ ਟਾਇਰਾਂ ਦੀ ਕੰਡੀਸ਼ਨ ਵੇਖ ਸਕਦੇ ਹੋ ਡਬਲ ਟਾਇਰ ਹੈ ਜੀ 70% ਕੰਡੀਸ਼ਨ ਪਈ ਆ ਚਾਰੇ ਟਾਇਰਾਂ ਦੀ ਜੀ ਡਬਲ ਟਾਇਰ ਹੈ ਜੀ ਜੈਕ ਸਮੇਤ ਆ ਜੀ ਬਾਕੀ ਵਧੀਆ ਹੈਵੀ ਚ ਟਰਾਲੀ ਆ ਜੀ ਵਿੱਡਨ ਲੱਗਿਆ ਹੋਇਆ ਬਾਕੀ ਵਧੀਆ ਸਾਫ ਕੰਡੀਸ਼ਨ ਚ ਰੰਗ ਪੇਂਟ ਪਿਆ ਜੀ ਕਿਤੇ ਕੋਈ ਜਰਨੀ ਲੱਗੀ ਹੋਈ ਟਰਾਲੀ ਨੂੰ ਜੀ ਬਾਕੀ ਵਧੀਆ ਸਾਫ ਕੰਡੀਸ਼ਨ ਚ ਟਰਾਲੀ ਪਈ ਆ ਤੇ ਬਾਕੀ ਵਧੀਆ ਹੈਵੀ ਟਰਾਲੀ ਆ ਜੀ ਏਰੀਆ ਗਾਇਬਿਰਦਾ ਜੀਰਾ ਜੀ ਰੇਟ ਵੀ ਨਾ ਰੱਖਿਆ 1,25,000 ਪਰ ਰੇਟ ਰੱਖਿਆ 125000 ਪਰ ਰੇਟ ਰੱਖਿਆ ਜੇ ਤੇ ਵੀਰਾਂ ਦਾ ਕੰਟੈਕਟ ਨੰਬਰ ਹੈ ਜੋ ਸਕਰੀਨ ਪਰ ਸ਼ੋਰਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਟਰਾਲੀ ਖਰੀਦ ਸਕਦੇ ਹੋ ਤੇ ਅੱਗੇ ਸੇਲ ਬਾਹ ਤੇ ਲੈ ਕੇ ਆਂ ਜੀ ਫੋਰਡ 3630 ਟਰੈਕਟਰ ਵਿਕਿਆ ਹੋਇਆ ਜੀ ਫੋਰਡ 3630 ਇਹ ਟਰੈਕਟਰ 2001 ਮਾਡਲ ਹੈ ਜੀ ਚਾਰੇ ਟਾਇਰ ਨੇ ਜੋ ਨਿਊ ਟਾਇਰ ਪਏ ਹੋਏ ਨੇ ਜੀ ਟਰੈਕਟਰ ਦੇ ਬਾਕੀ ਵਧੀਆ ਸਾਫ ਕੰਡੀਸ਼ਨ ਚ ਜੀ ਟਰੈਕਟਰ ਪੈ ਲੈਣ ਸਮੇਂ ਤੁਸੀਂ ਟਰੈਕਟਰ ਨੂੰ ਵਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਨਿਊ ਬੈਟਰੀ ਆ ਜੀ ਟਰੈਕਟਰ ਤੇ ਪੰਜਾਬ ਨੰਬਰ ਟਰੈਕਟਰ ਹੈ ਪਹਿਲੇ ਨੋ ਆ ਜੀ ਟਰੈਕਟਰ ਬਾਕੀ ਬਾਡੀ ਚ ਅਸੀਂ ਮਰਗਿਆੜ ਸ਼ੋ ਰਿੰਬਾ ਦਾ ਪੇਂਟ ਨਾਲ ਦਾ ਜੀ ਟਰੈਕਟਰ ਦੇ ਤੇ ਟਾਪ ਮਾਡਲ ਦਾ ਟਰੈਕਟਰ ਏਰੀਆ ਹੈਗਾ ਬਿਰਦਾ ਕੋਟਕਪੂਰਾ ਜੀ ਬਾਕੀ ਵਧੀਆ ਸਾਫ ਕੰਡੀਸ਼ਨ ਚ ਟਰੈਕਟਰ ਪਿਆ ਕਿਸੇ ਪ੍ਰਕਾਰ ਦੀ ਕਮੀ ਪੇਸ਼ ਨਹੀਂ ਸਿੰਪਲ ਹੈ ਸਟੀਅਰਿੰਗ ਨਾਲ ਤੇ ਸੈਂਟਰ ਗੇਅਰ ਆ ਜੀ ਬਿਨਾ ਛਤਰੀ ਤੋਂ ਬਿਨਾ ਮਿਊਜ਼ਿਕ ਸਿਸਟਮ ਤੋਂ ਤੇ ਬੈਂਪਰ ਲੱਗਿਆ ਹੋਇਆ ਜੀ ਟਰੈਕਟਰ ਤੇ ਬਾਕੀ ਫਰੰਟ ਟਾਇਰ ਨੇ ਜੋ ਗੁਡਇਰ ਕੰਪਨੀ ਦੇ ਟਾਇਰ ਨੇ ਜੀ ਬਾਕੀਆਂ ਫੋਟੋਆਂ ਸਕਰੀਨ ਉੱਪਰ ਸ਼ੋਰਿਆਂ ਨੇ ਜੇ ਕੰਡੀਸ਼ਨ ਵੇਖ ਸਕਦੇ ਹੋ ਵਧੀਆ ਸਾਫ ਕੰਡੀਸ਼ਨ ਪਿਆ ਇੰਜਨ ਗੇਅਰ ਲਿਫਟ ਪੰਪ ਦਾ ਫੁੱਲ ਓਕੇ ਆ ਜੀ ਰੇਟ ਬਿਨ ਰੱਖਿਆ 325000 ਪਰ ਰੇਟ ਰੱਖਿਆ 325000 ਰੁਪਇਆ ਤੇ ਵੀਰਾਂ ਦਾ ਕੰਟੈਕਟ ਨੰਬਰ ਆ ਜੋ ਸਕਰੀਨ ਉੱਪਰ ਸ਼ੋਰਿਆ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਫੋਰਡ 3630 ਟਰੈਕਟਰ ਖਰੀਦ ਸਕਦੇ ਹੋ ਜੀ ਤੇ ਅੱਗੇ ਸੇਲ ਬਾਤੇ ਲੈ ਕੇ ਆਂ ਜੀ ਸਵਰਾਜ 855 ਟਰੈਕਟਰ ਵਿਕਿਆਊਾ ਜੀ ਇਹ ਟਰੈਕਟਰ 1996 ਮਾਡਲ ਹੈ ਜੀ 1996 ਮਾਡਲ ਹੈ ਏਰੀਆ ਹੈਗਾ ਬਿਰਦਾ ਬਰਨਾਲਾ ਜੀ ਚਾਰੇ ਟਾਇਰ ਨੇ ਜੋ 90% ਕੰਡੀਸ਼ਨ ਪਈਆ ਪੰਜਾਬ ਨੰਬਰ ਟਰੈਕਟਰ ਹੈ ਜੀ ਬਾਕੀ ਲੈਂਸ ਵਿੱਚ ਟਰੈਕਟਰ ਵਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਕਿਸੇ ਪ੍ਰਕਾਰ ਦੀ ਕਮੀ ਪੇਸ਼ ਨਹੀਂ ਜੀ ਬਾਕੀ ਨਾਲ ਦਾ origignal ਟਰੈਕਟਰ ਤੇ ਪੇਂਟ ਹੈ ਜੀ ਕਿਤੇ ਕੋਈ ਦੁਬਾਰਾ ਪੇਂਟ ਨਹੀਂ ਕਰਾਇਆ ਹੋਇਆ ਵੀਰ ਨੇ ਤੇ ਜਿੰਨਾ ਵੀ ਟਰੈਕਟਰ ਤੇ ਪੇਂਟ ਹੈ ਜੀ ਨਾਲ ਦਾ ਪੇਂਟ ਹੈ ਬਾਕੀ ਬਾਡੀ ਚ ਅਸੀਂ ਮਰਗਿਆਟ ਸ਼ੋਰਿੰਬਾ ਦਾ ਪੇਂਟ ਵੀ ਨਾਲ ਦਾ ਜੀ ਟਰੈਕਟਰ ਤੇ ਸਿੰਪਲ ਛਤਰੀ ਨਾਲ ਹੈ ਜੀ ਬੈਂਪਰ ਲੱਗਿਆ ਹੈ ਟਰੈਕਟਰ ਦੇ ਤੇ ਰੇਟ ਵੀ ਨੇ ਰੱਖਿਆ ਜੀ 190000 ਪਰ ਰੇਟ ਰੱਖਿਆ 190000 ਪਰ ਰੇਟ ਰੱਖਿਆ ਤੇ ਪੰਜਾਬ ਨੰਬਰ ਟਰੈਕਟਰ ਹੈ ਜੀ 1,90000 ਪਰ ਰੇਟ ਰੱਖਿਆ ਤੇ ਵਿਰਾਂ ਦਾ ਕੰਟੈਕਟ ਨੰਬਰ ਹੈ ਜੋ ਸਕਰੀਨ ਉੱਪਰ ਸ਼ੋਅ ਹੋ ਰਿਹਾ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਸਵਰਾਜ 855 ਟਰੈਕਟਰ ਖਰੀਦ ਸਕਦੇ ਹੋ ਤੇ ਅੱਗੇ ਸੇਲਵਾ ਤੇ ਲੈ ਕੇ ਆਂ ਜੀ ਸਵਰਾਜ 855 FE 3 ਸਟਾਰ ਟਰੈਕਟਰ ਵਿਕਿਆ ਹੋਇਆ ਜੀ ਏ ਟਰੈਕਟਰ 2006 ਮਾਡਲ ਹੈ ਜੀ 2006 ਮਾਡਲ ਦਾ ਟਰੈਕਟਰ ਜੀ ਬਾਕੀ ਵਧੀਆ ਸਾਫ ਕੰਡੀਸ਼ਨ ਚ ਟਰੈਕਟਰ ਪਹਿਲ ਲੈਣ ਸਮੇਂ ਤੁਸੀਂ ਟਰੈਕਟਰ ਨੂੰ ਵਾਕਿ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਚਾਰੇ ਟਾਇਰ 75% ਕੰਡੀਸ਼ਨ ਪਈਆ ਐਮ ਆਰ ਐਫ ਕੰਪਨੀ ਦੇ ਟਾਇਰ ਨੇ ਜੀ ਏਰੀਆ ਹੈਗਾ ਬਿਰਦਾ ਰਾਏਕੋਟ ਬਿਰਦਾ ਏਰੀਆ ਜੀ ਸਿੰਪਲ ਸਟੀering ਨਾਲ ਤੇ ਸੈਂਟਰ ਗੇਅਰ ਹੈ ਜੀ ਡਬਲ ਕਲੱਚਰ ਟਰੈਕਟਰ ਤੇ ਬਾਕੀ ਵਧੀਆ ਹਾਲਤ ਚ ਟਰੈਕਟਰ ਪਿਆ ਜੀ ਕਿਸੇ ਪ੍ਰਕਾਰ ਦੀ ਕਮੀ ਪੇਸ਼ ਨਹੀਂ ਨਾਲ ਦਾ origignal ਟਰੈਕਟਰ ਤੇ ਪੇਂਟ ਹੈ ਜੀ ਰੇਟ ਵੀ ਨੇ ਰੱਖਿਆ 310000 ਰੁਪਇਆ ਰੇਟ ਰੱਖਿਆ 310000 ਰੁਪਇਆ ਤੇ ਵੀਰਾਂ ਦਾ ਕੰਟੈਕਟ ਨੰਬਰ ਹੈ ਜੋ ਸਕਰੀਨ ਉੱਪਰ ਸ਼ੋਅ ਹੈ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਸਵਰਾਜ 855 ਟਰੈਕਟਰ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਐਂਡ ਤੱਕ ਵੇਖ ਲਈ ਜੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਉਮੀਦ ਕਰਦਾ ਸੋਨੂੰ ਵੀਡੀਓ ਬਹੁਤ ਹੀ ਚੰਗੀ ਲੱਗੀ ਹੋਊਗੀ ਬਾਕੀ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਜੀ ਤੇ ਜੇ ਕਿਸੇ ਵੀ ਨੇ ਜੀ ਕਿਸੇ ਵੀ ਸਾਧਨ ਸੰਬੰਧੀ ਆਪਣੀ ਹੋਰ ਜਾਣਕਾਰੀ ਲੈਣੀ ਹੋਵੇ ਜੀ ਤਾਂ ਮੇਰੇ ਨਾਲ ਕੰਟੈਕਟ ਕਰਕੇ ਆਪਣੀ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਤੇ ਮਿਲਦਾ ਇੱਕ ਹੋਰ ਵੀਡੀਓ ਨਾਲ ਜੀ ਸਸਰੇਗਾ ਜੀ ਰੱਬ ਰੱਖਾ ਓਕੇ ਬਾਏ ਟਾਟਾ ਵੀਡੀਓ ਨੂੰ ਐਂਡ ਤੱਕ ਵੇਖ ਲੀਜੀ ਹੋ ਸਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਾਕੀ ਜਿਹੜੇ ਵੀਰਾਂ ਨੇ ਕਰ ਰੱਖਿਆ ਹੋਣਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਮਿਲਦਾ ਇੱਕ ਹੋਰ ਵੀਡੀਓ ਨਾਲ ਜੀ ਧੰਨਵਾਦ ਵੀਰੋ